ਚਲਦੀ ਬੱਸ ਦਾ ਟਾਇਰ ਫਟਿਆ ਹੈ ਤੇ ਜਿਸ ਦੇ ਕਾਰਨ ਬੱਸ ਡਿਵਾਈਡਰ ਦੇ ਨਾਲ ਜਾ ਟਕਰਾਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਬੱਸ ਦੇ ਵਿੱਚ 25 ਦੇ ਕਰੀਬ ਸਵਾਰੀਆਂ ਸਵਾਰ ਸਨ ਤੇ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੱਕ ਚਲਦੀ ਬੱਸ ਦਾ ਅਚਾਨਕ ਹੀ ਟਾਇਰ ਫਟਿਆ। ਟਾਇਰ ਫਟਣ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਜਾ ਕੇ ਡਿਵਾਈਡਰ ਦੇ ਨਾਲ ਜਾ ਟਕਰਾਈ ਹੈ ਤੇ ਤਸਵੀਰਾਂ ਵੀ ਇਸ ਦੌਰਾਨ ਹਾਦਸੇ ਦੀਆਂ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਸ ਖੜੀ ਹੈ। ਹਾਲਾਂਕਿ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ ਫੈਕਟਰੀ ਦੇ ਮੁਲਾਜ਼ਮਾਂ ਨੂੰ ਛੱਡਣ ਦੇ ਲਈ ਇਹ ਬੱਸ ਰਵਾਨਾ ਹੋਈ ਸੀ ਤੇ ਅਚਾਨਕ ਹੀ ਰਸਤੇ ਦੇ ਵਿੱਚ ਇਸਦਾ ਟਾਇਰ ਫਟ ਜਾਂਦਾ ਹੈ ਤੇ ਕਰੀਬ ਕਿਹਾ ਜਾ ਰਿਹਾ ਹੈ ਕਿ ਇਸਦੇ ਵਿੱਚ 5 ਦੇ ਕਰੀਬ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਦਕਿ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤੇ ਦੂਜੇ ਪਾਸੇ ਕੁੱਲ ਇਸ ਦੇ ਵਿੱਚ 25 ਸਵਾਰੀਆਂ ਸਵਾਰ ਸਨ ਜਿਨ੍ਹਾਂ ਦੇ ਹਲਕੀਆਂ ਸੱਟਾਂ ਲੱਗੀਆਂ ਨੇ। ਤਾਂ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਚਲਦੀ ਬੱਸ ਦਾ ਟਾਇਰ ਫਟਿਆ ਜਿਸ ਦੇ ਕਾਰਨ ਬੱਸ ਬੇਕਾਬੂ ਹੋ ਕੇ ਡਿਵਾਈਡਰ ਦੇ ਨਾਲ ਜਾ ਟਕਰਾਈ ਹੈ ਤੇ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਹਾਦਸੇ ਦੀ ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਬੱਸ ਜੋ ਹੈ ਉਹ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਹੈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਇੱਕ ਸਾਡੇ ਕੋਲ ਦੱਸਣ ਮੁਤਾਬਿਕ ਸਹਾਰਾ ਐਂਬੂਲੈਂਸ ਵਾਲੇ ਲੈ ਕੇ ਆਏ ਹੈ, 3 ਜਣੇ ਆਏ ਸਾਡੇ ਕੋਲ। ਦੱਸਣ ਮੁਤਾਬਿਕ ਇਹਨਾਂ ਦਾ ਐਕਸੀਡੈਂਟ ਹੋਇਆ ਭੋਖੜੇ ਕੋਲ ਨੀਅਰ ਗੋਨਿਆਣਾ, ਤੇ ਕੋਈ ਦੱਸਣ ਮੁਤਾਬਿਕ ਕੋਈ ਇਹ ਸਪੋਰਟਿੰਗ ਕੇ ਫੈਕਟਰੀ ਦੀ ਬੱਸ ਸੀ ਕੋਈ, ਤੇ ਉਹਨਾਂ ਵਿੱਚ 2 ਜਣੇ ਤਾਂ ਸਟੇਬਲ ਨੇ, ਕੰਡੀਸ਼ਨ ਕੋਈ ਖਤਰੇ ਤੋਂ ਬਾਹਰ ਹੈ। ਇੱਕ ਜਣਾ ਥੋੜ੍ਹਾ ਲੱਗ ਰਿਹਾ ਸਨ, ਅਸੀਂ ਉਹ ਚੈੱਕ ਵਗੈਰਾ ਕਰ ਰਹੇ ਹਾਂ, ਉਹ ਦੇਖ ਰਹੇ ਹਾਂ, ਤੇ ਜਿਵੇਂ ਥੋੜ੍ਹੇ ਟੈਸਟ ਵਗੈਰਾ ਰਿਪੋਰਟ ਆਉਂਦੀ ਹੈ, ਸਕੈਨ ਵਗੈਰਾ ਕਰਨੇ, ਉਸ 'ਚ ਜ਼ਿਆਦਾ ਪਤਾ ਲੱਗੇਗਾ। ਤੇ ਬਾਕੀ ਅਸੀਂ ਰੁਕਾ ਭੇਜਦਾ ਹੈ ਤੇ ਉਸ ਹਿਸਾਬ ਨਾਲ ਜਿਹੜੀ ਕਾਰਵਾਈ ਬਣਦੀ ਉਹ ਉਸ ਵੱਲੋਂ ਕੀਤੀ ਜਾਊਗੀ। ਤਿੰਨੋਂ ਲੇਡੀਜ਼ ਨੇ, 2 ਦੀ ਤਾਂ ਸਟੇਬਲ ਹੈ, 2 ਤਾਂ ਖਤਰੇ ਤੋਂ ਬਾਹਰ ਨੇ, 1 ਦੀ ਥੋੜ੍ਹੀ ਲੱਗ ਰਹੀ ਸਾਨੂੰ, ਅਸੀਂ ਦੇਖ ਰਹੇ ਹਾਂ ਸਕੈਨ ਵਗੈਰਾ। ਉਮਰ 30-40 ਦੇ ਵਿਚਾਲੇ ਨੇ ਤਿੰਨੇ। ਹਾਂਜੀ, ਸੱਟਾਂ ਦੇਖੋ ਸਿਰ ਤੇ ਸੱਟ ਹੈ ਜਿਹੜੀ ਥੋੜੀ ਕੰਡੀਸ਼ਨ ਜਿਹੀ ਸਾਨੂੰ ਲੱਗਦੀ ਹੈ, ਬਾਕੀ ਦੂਜੀ ਦਾ ਗੁੱਜੀ ਸੱਟਾਂ ਹੈ ਉਹ ਅਜੇ ਸਟੇਬਲ ਨੇ, ਦੇਖਦੇ ਹਾਂ ਜੀ। ਮੇਨ ਜਿਹੜੀ ਇੱਕ ਥੋੜੀ ਜ਼ਿਆਦਾ ਸਾਨੂੰ ਲੱਗ ਰਹੀ ਉਹਦੀ ਸਿਰ ਦੀ ਸੱਟ ਹੈ, ਸਕੈਨ ਵਗੈਰਾ ਕਰਵਾਵਾਂਗੇ ਉਹਦਾ। ਅੱਜ ਸਾਡੇ ਸਹਾਰਾ ਕੰਟਰੋਲ 98553333 ਦੇ ਕੋਲ ਆਈ ਸੀ ਕਿ ਭੋਖੜੇ ਕੋਲੇ ਇੱਕ ਬੱਸ ਸੀ ਜਿਹੜੀ ਕਿ ਕੰਪਨੀ ਚੋਂ ਆਉਂਦੀ ਹੈ, ਜਿਹੜੇ ਵਰਕਰ ਛੁੱਟੀ 'ਤੇ ਆਉਂਦੇ, ਜਿਹੜੇ ਕਿ ਅਚਾਨਕ ਟਾਇਰ ਪਾੜ ਗਿਆ ਅਤੇ ਫੁੱਟਪਾਥ 'ਤੇ ਬੱਸ ਚੜ੍ਹ ਗਈ। ਇਹ ਸਰ ਟੋਟਲ 20-25 ਜਣੇ ਸੀ, ਜਿਹਦੇ ਵਿੱਚ 5 ਕੁ ਜਣੇ ਇੰਜਰਡ ਹੋਏ, ਜਿਹਨੂੰ ਚੱਕ ਕੇ ਸਾਰਾ ਟੀਮ ਹੋਸਪਿਟਲ ਲੈ ਕੇ ਆਈ। ਹਾਲਾਤ ਬਸ ਠੀਕ ਆ, ਹਜੇ ਹੁਣ ਸੱਟਾਂ ਹੈਗੀਆਂ ਇਹਨਾਂ ਦੇ। ਇਹ ਸਰ ਭੋਖੜੇ ਤੋਂ ਵਾਪਸ ਆ ਰਹੇ ਸੀ ਬਠਿੰਡੇ, ਇਹ ਭੋਖੜੇ ਮੇਨ ਅੱਡੇ 'ਤੇ, ਬਸ ਮੇਨ ਅੱਡੇ 'ਤੇ ਕਾਰਨ ਟਾਇਰ ਪਾੜ ਗਿਆ ਬੱਸ ਦਾ।